ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੂਟਾ ਬੱਸ ਸਟੈਂਡ ਤੇ ਪਿਛਲੇ 10 ਸਾਲਾਂ ਤੋਂ ਇੱਕ ਝੋਲਾ ਸ਼ਾਹ ਆਪਣੇ ਆਪ ਨੂੰ ਡਾਕਟਰ ਦੱਸ ਕੇ ਬਿਨਾਂ ਕੋਈ ਸਰਕਾਰੀ ਪ੍ਰਮਾਣ ਪੱਤਰ ਦੇ ਕੈਮਿਸਟ ਦੀ ਦੁਕਾਨ ਦੀ ਆੜ 'ਚ 4 ਬੈੱਡ ਵਾਲਾ ਹਸਪਤਾਲ ਚਲਾ ਕੇ ਭੋਲੇ ਭਾਲੇ ਗਰੀਬ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਕੇ ਲੋਕਾਂ ਤੋਂ ਮੋਟੀ ਰਕਮ ਕਮਾ ਕੇ ਆਪਣੀ ਦੁਕਾਨ ਦੇ ਅੰਦਰ ਨੀਚੇ ਬੇਸਮੈਂਟ 'ਚ ਨਵਾਂ ਹਸਪਤਾਲ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਪਰ ਜ਼ਿਲ੍ਹਾ ਸਿਹਤ ਵਿਭਾਗ ਕਪੂਰਥਲਾ ਦੀ ਟੀਮ ਨੇ ਖਾਸ ਸੂਚਨਾ ਅਤੇ ਕਾਰਵਾਈ ਕਰਦੇ ਹੋਏ ਉਸ ਨੂੰ ਸੀਲ ਕਰ ਦਿੱਤਾ ਹੈ। ਇਹ ਨਾ ਸਾਡੀ ਫੂਡ ਟੀਮ ਆਈ ਹੋਈ ਸੀਗੀ ਇੱਧਰ ਸੈਂਪਲ ਲੈਣ, ਅਤੇ ਇਹਨਾਂ ਨੇ ਆ ਕੇ ਦੇਖਿਆ, ਫਿਰ ਇਹਨਾਂ ਨੇ ਇਨਫੋਰਮ ਕੀਤਾ ਵੀ ਇੱਥੇ ਕੋਈ ਬਾਹਰ ਬੋਰਡ ਨਹੀਂ ਲੱਗਾ, ਅੰਦਰ ਪੇਸ਼ੈਂਟ ਐਡਮਿਟ ਹੈਗੇ, ਅਤੇ ਉਹ ਫਿਰ ਤਾਂ ਉਹਦੇ ਅਸੀਂ ਚੈਕਿੰਗ ਵਾਸਤੇ ਆਏ, ਅਤੇ ਅੰਦਰ ਜਿਹੜਾ ਓਨਰ ਹੈ ਉਹ ਕੋਈ ਨਹੀਂ ਹੈ, ਕਿ ਲੜਕਾ ਸੀ, ਉਹ ਕਹਿ ਰਹੇ ਮੈਂ ਤਾਂ ਵੈਸੇ ਹੀ ਬੈਠਾ ਹਾਂ, ਅਤੇ ਜਿਹੜਾ ਅਸਲੀ ਮਾਲਕ ਹੈ ਇਹਦਾ ਉਹ ਕਿਤੇ ਚਲੇ ਗਿਆ ਹੋਇਆ। ਅਤੇ ਅੰਦਰ ਜਾ ਕੇ ਅਸੀਂ ਦੇਖਿਆ ਵੀ ਇਹਨਾਂ ਕੋਲ ਇੱਕ ਤਾਂ ਵੇਸਟ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦਾ ਕੋਈ ਸਿਸਟਮ ਹੈ ਨਹੀਂ ਹੈ, ਜਿਹੜੀਆਂ ਯੂਜ਼ਡ ਸਰਿੰਜਾਂ ਵਗੈਰਾ ਸੂਈਆਂ ਉੱਦਾਂ ਹੀ ਕੂੜੇ ਦੇ ਵਿੱਚ ਸਿੱਟੀਆਂ ਹੋਈਆਂ, ਲੂਜ਼ ਗੋਲੀਆਂ ਕੈਪਸੂਲ ਇੱਦਾਂ ਦੇ ਆ ਜਿਹੜੇ ਨਹੀਂ ਇੱਦਾਂ ਲੂਜ਼ ਵੇਚ ਸਕਦੇ, ਉਹ ਸਾਰੇ ਪਏ ਹੋਏ ਆ। ਇਸ ਤਰ੍ਹਾਂ ਜੀ, ਇੱਕ ਕਪੂਰਥਲੇ ਤੋਂ ਸੁਭਾਨਪੁਰੋਂ ਸੜਕ 'ਤੇ ਨਾ ਇੱਕ ਬੂਟਾ ਪਿੰਡ ਆ, ਅੱਡਾ ਵਾ, ਉੱਥੇ ਬਣਿਆ ਵਾ ਕਾਫੀ ਸਾਰੀਆਂ ਦੁਕਾਨਾਂ ਵਾ। ਇਹਨਾਂ ਦੁਕਾਨਾਂ ਦੇ ਵਿੱਚ ਇੱਕ ਸੁਲੱਖਣ ਸਿੰਘ ਉਰਫ ਲੱਖਾ ਪੁੱਤਰ ਦਾਰੀ ਰਾਮ ਵਾਸੀ ਰੂਪਨਪੁਰ ਦੇ ਨੇ ਕਲੀਨਿਕ ਖੋਲ੍ਹਿਆ ਵਾ ਲੈਬ ਨਜਾਇਜ਼ ਢੰਗ ਨਾਲ। ਇਹਦਾ ਜਦੋਂ ਹੈਲਥ ਮਹਿਕਮੇ ਨੇ ਰੇਡ ਕੀਤੀ ਤੀ ਇਹਦਾ ਭਤੀਜਾ ਬੈਠਾ ਸੀ ਉੱਥੇ, ਅਜੇ ਕੁਮਾਰ ਜੀ। ਹੈਲਥ ਮਹਿਕਮੇ ਨੇ ਸਾਨੂੰ ਵੀ ਫੋਨ ਕਰਕੇ ਬੁਲਾਇਆ, ਮੈਂ ਵੀ ਆਪਣੀ ਟੀਮ ਲੈ ਕੇ ਪੁਲਿਸ ਟੀਮ ਲੈ ਕੇ ਮੌਕੇ 'ਤੇ ਪਹੁੰਚਾ ਜੀ। ਇਹਨਾਂ ਕੋਲੋਂ ਉਹਨਾਂ ਨੇ ਨਜਾਇਜ਼ ਦਵਾਈਆਂ ਬਰਾਮਦ ਕੀਤੀਆਂ ਵਾ, ਬਿਨਾਂ ਲੇਬਲ ਤੋਂ ਲੱਗੀਆਂ, ਖੁੱਲ੍ਹੀਆਂ ਦਵਾਈਆਂ ਵੇਚ ਰਿਹਾ ਸੀ ਜਿਹੜੀਆਂ ਲੋਕਾਂ ਨੂੰ। ਇਹਨਾਂ ਕੋਲ ਦੁਕਾਨ 'ਤੇ ਕੋਈ ਸਰਟੀਫਿਕੇਟ, ਕੋਈ ਪੰਜਾਬ ਸਰਕਾਰ ਤੋਂ ਮਨਜ਼ੂਰ ਸ਼ੁਦਾ ਸਰਟੀਫਿਕੇਟ ਜਾਂ ਕਾਗਜ਼ ਜਾਂ ਹੋਰ ਕੋਈ ਇਹਨਾਂ ਨਹੀਂ ਪੇਸ਼ ਕਰ ਸਕੇ ਮੈਡੀਕਲ ਵਿਭਾਗ ਦੇ, ਵੀ ਜਿਹੜੇ ਟਾਰਾ ਜਾਂ ਕਲੀਨਿਕ ਲੈਬ ਚਲਾ ਰਿਹਾ ਮਨਜ਼ੂਰੀ ਲੈ ਕੇ। ਪਰ ਇਹ ਜਿਹੜਾ ਹੋਸਪਿਟਲ ਦੇ ਵਿੱਚ ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।